ਆ ਕਲੱਬ ਹੈਗਾ ਵਾ ਵੀ ਹੈ ਨਾ ਹਾਂਜੀ ਸੁਬਹਾ ਹੋ ਗਈ ਹੈਗੀ ਅਤੇ ਅਸੀਂ ਨਿਕਲਾਂਗੇ ਹੁਣ ਚਾਹ ਪਾਣੀ ਪੀਣ ਵਾਸਤੇ ਅਤੇ ਉਦੋਂ ਪਹਿਲਾਂ ਤੁਹਾਨੂੰ ਸੁਬਹਾ ਦਾ ਨਜ਼ਾਰਾ ਦਿਖਾ ਦਈਏ ਸ਼ਿਮਲੇ ਦਾ ਅਤੇ ਇਦੋਂ ਬਾਅਦ ਚੱਲਦੇ ਹਾਂਗੇ ਆਪਾਂ ਹੁਣ ਚਾਹ ਪੀਣ ਨੂੰ ਲਓ ਜੀ ਚਾਹ ਬਣ ਕੇ ਆ ਗਿਆ ਪੀਨੇ ਹੁਣ ਛਿਪ ਛਿਪ ਫਿਰ ਹਾਂਜੀ ਕਿੱਥੇ ਪਹੁੰਚ ਗਏ ਆਪਾਂ ਬਸ ਗਏ ਹੁਣ ਚਾਹ ਤੇ ਚਾਹ ਤੋਂ ਬਾਅਦ ਆਪਾਂ ਪਹੁੰਚਾਂਗੇ ਪਰੌਂਠੇ ਤੇ ਨਹੀਂ ਪਰੌਂਠੇ ਤੇ ਨਹੀਂ ਹਾਲੇ ਪਰੌਂਠੇ ਤੇ ਤਾਂ ਆਪਾਂ ਜਦੋਂ ਉੱਥੋਂ ਜਾਣਾ ਹੋਊਗਾ ਆਪਾਂ ਚੱਲਾਂਗੇ ਇੱਥੇ ਘੁੰਮਣ ਵਾਸਤੇ ਇਹ ਬਹੁਤ ਕੁਛ ਹੈਗਾ ਦੇਖਣ ਨੂੰ ਦਿਖਾਉਣ ਵਾਸਤੇ ਕੋਈ ਰੋਕੇ ਟੋਕੇ ਨਾ ਉਹਨਾਂ ਕੋਲ ਜਾ ਕੇ ਉੱਥੇ ਵੀ ਖੜਾ ਉਹਨਾਂ ਕੋਲ ਖੜਾ ਉੱਥੇ ਜਾਣਾ ਮੇਰੇ ਕਬੂਤਰ ਚੋਗਾ ਪਾਇਆ ਪਿਆ ਇਹਨਾਂ ਦੇ ਵਿੱਚ ਨਹੀਂ ਜਾਣਾ ਸਰਕਲ 'ਚ ਦੇਖੋ ਇਹਨਾਂ ਦਾ ਕਲਚਰ ਆ ਬਾਈ ਜਿਵੇਂ ਆਪਣੇ ਗਿੱਧੇ ਵਾਲੇ ਭੰਗੜੇ ਵਾਲੇ ਨਹੀਂ ਹੁੰਦੇ ਉਵੇਂ ਇਹਨਾਂ ਦੇ ਕਲਚਰ ਆ ਗਿਆ ਇਹ ਇਵੇਂ ਇਹਨਾਂ ਦਾ ਇਹ ਨਾਚ ਹੈਗਾ ਮਾਲਾ ਮਾਲ ਚੋਗਾ ਚੁਗ ਰਹੇ ਨੇ ਕਬੂਤਰ ਪਹਾੜੀਆਂ ਦਾ ਵਿਊ ਸੂਰਜ ਚਮਕ ਰਿਹਾ ਚਲੋ ਮੈਂ ਤਾਂ ਆਪ ਕਹਿੰਦਾ ਵੀ ਅੱਗੇ ਚੱਲੀ ਆਪਾਂ ਇੱਥੋਂ ਤਾਂ ਆਪਣੇ ਬਹੁਤ ਕੁਛ ਦੇਖ ਲਿਆ ਖਾ ਲਾਂਗੇ ਹਾਲੇ ਤੈਨੂੰ ਬੜੀ ਛੇਤੀ ਕਾਲੀ ਹੋ ਗਈ ਕੀ ਬਾਤ ਹੈ ਸ਼ਿਮਲੇ ਦੀ ਹਨਾ ਬੱਚੇ ਸਾਡੇ ਚੀਮਾ ਸਾਹਿਬ ਨੇ ਚੀਮਾ ਸਾਹਿਬ ਵਿਊ ਲੈ ਰਹੇ ਨੇ ਫੀਲਿੰਗ ਲੈ ਰਹੇ ਨੇ ਪੂਰੀ ਹੱਥ ਦੇ ਉਹ ਪਿੱਛੇ ਇੰਦਰਾ ਗਾਂਧੀ ਵੀ ਖੜੀ ਹੈਗੀ ਦੇਖੋ ਉਹਦੇ ਨਾਲ ਸਾਡੇ ਬਣਦੇ ਨਹੀਂ ਉਹਦੇ ਨਾਲ ਬਣਦੀ ਨਹੀਂ ਜਿਹਦੇ ਨਾਲ ਸਾਡੀ ਉਹ ਖੜੀ ਹੈਗੀ ਆਹ ਸਾਡੇ ਸਾਹਿਬ ਜੀ ਇੱਧਰ ਪਾਉਂਦੇ ਪਏ ਜੀ ਨੇਗੇ ਇੰਸਪੈਕਟਰ ਦੇ ਆ ਚੱਲ ਇਹਦਾ ਵੱਡਾ ਭਾਈ ਤੇ ਨਾਲ ਕਿਹੜਾ ਪਰੌਂਠੇ ਖਾਣ ਜਾ ਰਹੇ ਪਕਾਈ ਕਰਦੇ ਫਿਰਦੇ ਲੱਭ ਰਹੇ ਪਰੌਂਠੇ ਕਿਹੜਾ ਬਾਬੇ ਕਿਹੜਾ ਕਹਿੰਦੇ ਉਹ ਜੈਨ ਪਰੌਂਠਾ ਕਿਹੜਾ ਪਰੌਂਠਾ ਰਾਧੇ ਰਾਧੇ ਪਰੌਂਠਾ ਰਾਧੇ ਰਾਧੇ ਪਰੌਂਠਾ ਚਾਹੀਦਾ ਉਹਨੂੰ ਉਰੇ ਇੰਨੇ ਗਲੀਆਂ ਗੁਲੀਆਂ ਹੀ ਇਹ 'ਚ ਲੱਭਦੇ ਆ ਕਿੱਥੇ ਰਾਧੇ ਰਾਧੇ ਇਹਦਾ ਪਰੌਂਠੇ ਵਾਲਾ ਪਹਿਲਾਂ ਤਾਂ ਠੇਕੇ ਦੇ ਨਾਲ ਯਾਰ ਪਰੌਂਠੇ ਵਾਲਾ ਕਿਵੇਂ ਹੋਊਗਾ ਮੈਨੂੰ ਇਹ ਦੱਸੋ ਪਹਿਲਾਂ ਤਾਂ ਠੇਕੇ ਨਾਲ ਤਾਂ ਹਾਤਾ ਹੋਊਗਾ ਬੰਦ ਕਰਦੇ ਉਹ ਸਤਨਾਮ ਉੱਪਰ ਦੇਖੋ ਕਿਵੇਂ ਦੇਖ ਰਿਹਾ ਉਹ ਜਾਕੂ ਹਮਾ ਦੇਖੀ ਵਿੱਚ ਦੀ ਉਹ ਕੱਢ ਕੇ ਗਰਦਨ ਉਹ ਗਰਦਨ ਵਿੱਚ ਦੀ ਕੱਢ ਕੇ ਦੇਖ ਰਿਹਾ
ਲਓ ਮਿਲ ਗਿਆ ਰਾਧੇ ਰਾਧੇ ਗੁਪਤਾ ਜੀ। A few moments later. ਲਓ ਜੀ ਗਾਇਸ, ਰਾਧੇ ਰਾਧੇ ਅਸੀਂ ਪਰੌਂਠੇ ਖਾ ਲਏ ਨੇਗੇ। ਬਹੁਤ ਟੇਸਟੀ ਸੀਗੇ ਪਰੌਂਠੇ, ਸਾਰਿਆਂ ਨੂੰ ਬਹੁਤ ਪਸੰਦ ਆਏ। ਕੀ ਪਰੌਂਠੇ ਖਾ ਲਏ ਨੇਗੇ, ਹੁਣ ਪਰੌਂਠੇ ਖਾ ਕੇ ਅਸੀਂ ਵਿਹਲੇ ਹੈਗੇ ਮਗਜਾਲੀਆਂ ਮਾਰਨ 'ਤੇ, ਅਤੇ ਹੁਣ ਇੱਥੋਂ ਉਦੋਂ ਬਾਅਦ ਵਿੱਚ ਕਮਰੇ ਚੱਲ ਜਾਵਾਂਗੇ, ਉੱਥੋਂ ਚੈੱਕਆਊਟ ਕਰਕੇ ਸਮਾਨ ਸਮੂਨ ਚੱਕ ਕੇ ਨਿਕਲ ਦਿਆਂਗੇ ਬਾਅਦ 'ਚ, ਬਾਹਰ ਨਿਕਲ ਦਿਆਂਗੇ ਅਤੇ ਸ਼ਿਮਲੇ ਤੋਂ ਚੱਲ ਦਿਆਂਗੇ ਹੁਣ ਵਾਪਸ। ਅਤੇ ਰਸਤੇ 'ਚ ਇੱਥੇ ਇੱਥੇ ਆਊਗੀ ਕੋਈ ਵਧੀਆ ਜਿਹੀ ਜਗ੍ਹਾ ਹੈ ਨਾ, ਉੱਥੇ ਫਿਰ ਰੁਕਾਂਗੇ ਅਤੇ ਇੱਥੇ ਇੱਕ ਮੱਥਾ ਟੇਕਣਾ ਗਾ ਕਾਲੀ ਮਾਤਾ ਦੇ। ਬੀਬੀ ਬਾਪੂ ਨਾਲ ਉਹਨਾਂ ਦੇ ਖੜਾ ਦੇ ਗੋਡੇ ਕਿਤੇ ਲੈ ਕੇ ਫਸਾ ਤਾ ਮੈਨੂੰ। ਓਹੋ ਆ ਜੀ, ਲਓ ਜੀ ਗਾਇਸ, ਅਸੀਂ ਰਸਤੇ 'ਚ ਜਾ ਰਹੇ ਸੀਗੇ ਅਤੇ ਇਹ ਬੰਦਾ ਸਾਨੂੰ ਮਿਲਿਆ, ਕਹਿੰਦਾ ਵੀ ਮੈਂ ਤੁਹਾਨੂੰ ਕੁਫਰੀ ਘੁੰਮਾ ਕੇ ਲੈ ਕੇ ਆਊਂਗਾ ਅਤੇ ਪਰ ਹੈੱਡ 1500 ਰੁਪਏ ਇੱਕ ਜਣੇ ਦਾ ਖਰਚਾ ਆਊਗਾ। ਉਹਦੇ ਨਾਲ ਗੱਲਬਾਤ ਇਹ ਕਰ ਰਹੇ ਨੇ, ਜਦੋਂ ਤੱਕ ਤੁਸੀਂ ਸ਼ਿਮਲੇ ਦਾ ਇੰਨੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਤੋਂ ਵਿਊ ਦੇਖੋ। ਦਿਨ ਦੇ ਵਿੱਚ ਵਿਊ ਹੈਗਾ ਇਹ ਜਿਹੜਾ ਸ਼ਿਮਲੇ ਦਾ, ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ, ਉੱਥੇ ਬਿਲਕੁਲ ਵੀ ਭੀੜ ਨਹੀਂ ਹੈਗੀ ਹੁਣ ਇਸ ਟਾਈਮ। ਲਓ ਬਾਪਿਓ, ਇੱਥੇ ਫੋਟੋ ਖਿੱਚ ਕੇ ਹੁਣ ਅਸੀਂ ਹੋ ਗਏ ਪ੍ਰੀ, ਹੁਣ ਚੱਲ ਦਿਆਂਗੇ ਰੂਮ ਦੇ ਵਿੱਚ ਅਤੇ ਰੂਮ 'ਚੋਂ ਸਮਾਨ ਸਮੂਨ ਇਕੱਠਾ ਕਰਕੇ ਵਾਪਸ ਚੱਲ ਦਿਆਂਗੇ ਹੋਟਲ ਰਿਜ ਵਿਊ ਦੇ ਵਿੱਚੋਂ। ਸਾਡਾ ਇੱਕ ਬੰਦਾ ਤਾਂ ਅੱਗੇ ਨਿਕਲ ਗਿਆ, ਰੱਜ ਗਿਆ ਉਹਦਾ ਫੋਟੋ ਨਾਲ ਵੀ, ਬਾਹਰ ਦੇ ਵਿਊ ਨਾਲ ਵੀ। ਸਾਡਾ ਹੋਟਲ ਰਿਜ ਵਿਊ, ਉਹ ਬੱਸ ਕਰ ਜਾਣਦੇ ਦੇਖੋ, ਐਂ ਲੱਗ ਰਿਹਾ ਮੈਂ ਸਹੀ ਖੜ੍ਹੇ ਹੁੰਦੇ ਆਪਾਂ, ਸਰੀ ਸਹੀ ਖੜ੍ਹੇ ਹੁੰਦੇ ਮਾਸੇ ਮੁੰਡੇ ਦੀ ਉਹ 'ਚ। ਹਾਂਜੀ ਖਿੱਚਲਾ ਕੁੰਡਾ ਲਾਈ ਬੈਠਾ ਉਹਦੇ ਅੰਦਰ। ਹਾਂ ਭਾਈ ਕਰੀਓ, ਚੱਲ ਵਧੀਆ ਵਧੀਆ ਵਧੀਆ। ਚੈੱਕਆਊਟ ਕਰ ਲਿਆ, ਸਾਰਾ ਸਮਾਨ ਸਮੂਨ ਕਰ ਲਿਆ, ਸਮੇਟ ਲਿਆ ਗਾ, ਠੀਕ ਹੈ ਜੀ। ਆਹ ਦੇਖੋ ਇਹ ਚੱਕ ਲਿਆ ਇਹਨਾਂ ਨੇ ਵੀ, ਦੋਨਾਂ ਜਾਣੇ ਨੇ, ਸਤਨਾਮ ਸੁਖਜੀਤ ਨੇ। ਚੱਲੀ ਬਾਬਿਓ, ਅਜੇ ਤੇਰਾ ਰਹਿ ਗਿਆ ਕੁਛ, ਛੁੱਟੀ ਕਰਨੀ ਮੋਢੇ 'ਚ ਲਮਕਦੀ ਵਾਲੀ ਆ। ਇਹ ਇੱਕ ਉਹ ਸਰਪ੍ਰਾਈਜ਼ ਤਾਂ ਦਿਖਾ ਦੇ, ਚੰਦ ਸਿੰਘ ਸੇਖ, ਚੰਦ ਸਿੰਘ ਨਾਲ ਸੇਖ ਸਿੰਘ। ਚੱਲ ਆ ਜਾਓ, ਕੁੰਜੀ ਨਾਲ ਜਿੰਦਾ ਬੰਦ ਕਰਦੀ ਜਗਾ, ਹੁਣ ਤਾਂ ਬਾਹਰ ਤਾਂ ਬੇਸੀ ਸੋਹਣਾ ਸਾਰਾ ਲੱਗੀ ਜਾਊ ਹੁਣ ਬਾਹਰ। ਔਨਲਾਈਨ ਕਰੋ ਨਾ, 40 ਕਰੋ, ਦੱਸ ਵੀ ਉਹ ਕਹਿੰਦਾ ਸੀ ਆਹ ਥੱਲੇ ਉਤਰਦਾ।
ਆ ਚਾਚ ਦਾ ਵਿਊ ਆ ਗਿਆ, ਆ ਜਾਓ ਨਾ ਚਾਚੇ। ਚੱਲ ਤੈਨੂੰ ਹਾਈ ਕੋਰਟ ਵੀ ਹੋਣੀ ਹਜੇ ਨਾਲੇ, ਤਾਂ ਹੀ ਤਾਂ ਦਿਖਾਉਣੀ ਹੈਗੀ ਨਹੀਂ ਲੱਗੀ ਜਿਹਨੂੰ ਕਿਵੇਂ ਬਣ ਦੇਣਾ ਸੀ। ਹਾਲੇ ਤੱਕ ਤਾਂ ਪੂਰਾ ਇੰਜੋਏ ਕਰ ਰਹੇ ਹਾਂਗੇ ਅਤੇ ਇੱਥੋਂ ਹੁਣ ਇੰਜੋਏ ਕਰਕੇ ਹੁਣ ਆਪਾਂ ਇੱਥੋਂ ਸਾਰਾ ਕੁਝ ਵਿਊ ਜਿਹੜਾ ਉਹ ਦੇਖ ਲਿਆ ਹੈਗਾ ਅਤੇ ਹੁਣ ਇੱਥੇ ਚੱਲਦੇ ਹਾਂਗੇ ਆਪਾਂ ਵਾਪਸ ਨੂੰ, ਅਤੇ ਰਸਤੇ ਜੇ ਕੋਈ ਵਿਊ ਆਊਗਾ ਤਾਂ ਉੱਥੇ ਰੁਕਾਂਗੇ। ਹੁਣ ਸਿੱਧਾ ਆਪਾਂ ਪਾਰਕਿੰਗ 'ਚ ਚੱਲੀਏ, ਪਿੱਛੇ ਨੀਚੇ ਚੱਲੇ ਚਲੋ। ਹੋਰ ਜਾਣ ਕੇ ਖਪਾਇਆ ਸੀ ਉਹਨੇ, ਜਿੱਥੇ ਮਰਜ਼ੀ ਦਵਾ ਦੇ ਵੀ। ਆਹੋ ਰਾਤ ਰਾਤ ਉਹਦੇ ਪੱਗ ਬੰਨੀ ਹੋਈ ਜੀ, ਤਾਂ ਇੱਥੇ ਆਇਓ ਯਾਰ ਬਾਬੇ, ਤੁਸੀਂ ਵੀ ਰਿਸਪੋਂਸੀਬਿਲਟੀ ਰੱਖਣੀ ਸੀਗੀ। ਓਏ ਓਏ, ਉਹ ਲੈਣੀ ਹੈ ਜਵਾਕ ਵਾਸਤੇ, ਇੱਕ ਯਾਦ ਰੱਖਿਓ ਚੰਗਾ, ਟੋਪੀ ਜੀ ਉਹਦੀ ਗੋਲ ਜੀ, ਇੱਕ ਗੋਲ ਜੀ ਟੋਪੀ ਲੈਣੀ ਉਹਨੇ। ਚੱਲ ਜੇ ਮਿਲੀ ਤਾਂ ਠੀਕ ਆ, ਨਹੀਂ ਤਾਂ ਫਿਰ ਉੱਥੋਂ ਲੈ ਜਾਵਾਂਗੇ ਪਟਿਆਲੇ ਤੋਂ। ਕੱਲ ਸਤਨਾਮ ਦੇ ਸਿਰ ਤੇ ਰਖਾ ਦਿੰਦੇ ਹਨਾ, ਸਤਨਾਮ ਕਿੱਥੇ ਤੂੰ ਲੈ ਸਤਨਾਮ, ਬਹੁਤ ਘੱਟ ਲੱਗ ਰਹੀ ਆ, ਬੱਚੇ ਆ ਜੂਗੀ ਆਹ ਸੋਹਣੀ ਲੱਗੂ ਤੇ ਆ ਚੱਲ ਨਾ ਯਾਰ ਬੱਚੇ ਪਾਲੋ, ਪਰਨਾ ਧਰ ਲੈ ਨਾਲ ਯਾਰ, ਵਧੀਆ ਲੱਗ ਰਹੀ ਆ ਯਾਰ, ਤੂੰ ਮਨ ਮੰਨ ਨਹੀਂ ਰਿਹਾ, ਟੋਪੀ ਲੈ ਜਾਂਦਾ ਸਟਾਈਲ ਦਾ ਦੇਖ ਲੈਂਦਾ ਇਹਦਾ, ਆਹ ਟੋਪੀ ਉਰੇ ਦੂਜੀ ਟੋਪੀ ਨਾ ਦੀ ਨਾਲ ਗੈਪ ਨਹੀਂ ਪੈਣਾ ਹੁੰਦਾ ਵਿੱਚ ਵਿਚਾਲੇ। ਹਾਂਜੀ ਹੁਣ ਅਸੀਂ ਵਾਪਸ ਚੱਲਿਆਂਗੇ ਕਾਰ ਪਾਰਕਿੰਗ 'ਚ, ਬਹੁਤ ਥੱਕ ਗਏ ਹਾਂਗੇ ਜਾਂਦੇ ਜਾਂਦੇ ਹੈ ਨਾ। ਹੁਣ ਤੁਸੀਂ ਖੂਬਸੂਰਤ ਬਾਦੀਆਂ ਨੇ ਜਿਹੜੀਆਂ ਸ਼ਿਮਲੇ ਦੀਆਂ ਜਾਂਦੇ ਜਾਂਦੇ, ਉਹਨਾਂ ਦਾ ਨਜ਼ਾਰਾ ਦੇਖ ਲਓ। ਹਾਂ ਆਤੀ ਹੋਏ ਬਾਬੇ ਖੜ ਜੂਗਾ ਯਾਰ, ਲੈ
ਕੀ ਗਾੜੀ ਭਾਈ। ਆਹ ਦੇਖੋ ਜੀ ਗੱਡੀ ਖੜਾਈ ਹੋਈ ਹੈਗੀ ਇੱਥੇ ਫੋਟੋ ਫੋਟੋ ਕਰਾਉਣ ਵਾਸਤੇ ਯੈਲੋ ਕਲਰ ਦੀ। ਆਹ ਦੇਖੋ ਇੱਕ ਹੋਰ ਇੱਥੇ ਬਿਲਡਿੰਗ ਆ, ਬਹੁਤ ਸੋਹਣੀ ਬਿਲਡਿੰਗ ਹੈਗੀ, ਪਤਾ ਨਹੀਂ ਤਾਂ ਕਿਸੇ ਦੀ ਪਰਸਨਲ ਪ੍ਰੋਪਰਟੀ ਆ, ਪਤਾ ਨਹੀਂ ਕੋਈ ਸਕੂਲ ਵਗੈਰਾ ਗਾ ਕੁਛ, ਪਰ ਇਹੀ ਇੱਥੇ ਹੈਗਾ ਇਸ ਕਾਫੀ ਪ੍ਰੋਪਰਟੀਆਂ ਨੇਗੀਆਂ, ਕਾਫੀ ਇੱਦਾਂ ਦੀਆਂ ਬਿਲਡਿੰਗਾਂ ਨੇਗੀਆਂ। ਹਾਂ ਹੋ ਗਏ ਦੋ ਤਿੰਨ ਸਾਲ ਤਾਂ ਹੋ ਗਏ। ਇਹ ਆ ਸ਼ਿਮਲਾ ਸਾਰਾ, ਆਪਾਂ ਦੇਖੋ ਇੱਥੋਂ ਟੋਟਲ ਵਿਊ ਆ ਰਿਹਾ ਸ਼ਿਮਲੇ ਦਾ, ਟੋਟਲੀ ਪਿੱਛੇ ਨੂੰ ਤਾਂ ਦੇਖ ਟੋਟਲੀ। ਸੁਬੀਰ ਕਿੱਥੇ ਆ? ਹਾਂਜੀ ਸੁਧੀਰ। ਪਹੁੰਚ ਗਏ ਆਪਾਂ ਪਾਰਕਿੰਗ 'ਚ, ਇੱਥੋਂ ਗੱਡੀ ਸਮਾਨ ਰੱਖ ਦਿਆਂਗੇ, ਇੱਥੋਂ ਆ ਸਾਹਮਣੇ ਆਪਣੀ ਪਾਰਕਿੰਗ ਹੈ, ਇੱਥੋਂ ਗੱਡੀ ਪਿੱਕ ਕਰਦੇ ਹਾਂ ਆਪਣੀ, ਗੱਡੀ 'ਚ ਚੱਲਦੇ ਹਾਂ ਅਤੇ ਨਿਕਲਦੇ ਹਾਂਗੇ ਸ਼ਿਮਲੇ ਤੋਂ। ਹੁਣ ਬਾਹਰ ਦਾ ਦੇਖਾਂਗੇ ਹੁਣ ਵੀ ਕੀ ਮਾਹੌਲ ਹੈਗਾ, ਕਿਹੋ ਜਿਹਾ ਮੌਸਮ ਹੈਗਾ। ਪਹੁੰਚ ਗਏ ਜੀ ਪਾਰਕਿੰਗ ਗੱਡੀ 'ਚ, ਪਰਚੀ ਤਾਂ ਪਾਇਆ ਮੂਹਰੇ ਹੱਥ 'ਚੋਂ ਕਰ ਲੈਂਦੇ ਹਾਂ, ਤੁਸੀਂ ਬੈਠੋਗੇ ਨਾ। ਉਹ ਹੋ ਗਿਆ ਜੀ, ਇੱਥੋਂ ਹੁਣ ਆਪਾਂ ਚੱਲਾਂਗੇ ਵਾਪਸ, ਹੁਣ ਰਾਸਤੇ 'ਚ ਰੁਕਾਂਗੇ ਦੱਸੋ ਪਹਿਲਾਂ ਜਿੱਥੇ ਜੀ ਕਰੇ ਰੁਕ ਜਾਂਗੇ। ਚਲੋ ਜਿੱਥੇ ਜਿੱਥੇ ਵਿਊ ਲੱਗਿਆ ਸਾਨੂੰ ਵੀ ਵਧੀਆ ਦੇਖਣ ਵਾਲਾ ਹੈ ਨਾ, ਉੱਥੇ ਰੋਕ ਕੇ ਆਪਾਂ ਫਿਰ ਫੋਟੋਆਂ ਫੋਟੋਆਂ ਵੀਡੀਓ ਵੀਡੀਓ ਬਣਾਵਾਂਗੇ। ਬੰਦੇ ਨੂੰ ਲਿਆ ਇਹਦਾ ਪਹਿਲਾਂ ਵਾਲੇ ਬੰਦੇ ਦਾ ਭਾਪਾ ਇਹ, ਉਹਦਾ ਪੱਗ ਬੰਨੀ ਹੋਈ ਸੀ ਉਹਦੇ, ਇਹ ਟੋਪੀ ਵਾਲਾ। ਚਲੋ ਹੁਣ ਇੱਥੋਂ ਨਿਕਲ ਦਿਆਂਗੇ। ਪਹਾੜੀਆਂ ਦਾ ਵਾਵੇ ਬਹੁਤ ਵੱਡੇ ਵੱਡੇ ਨੇ ਨਾ, ਜੇ ਆਪਾਂ ਇੱਕ ਅੱਧੀ ਲੈ ਜਾਈਏ ਪਹਾੜੀ ਆਪਣਾ ਕੰਮ ਵਧੀਆ ਤੁਰ ਪਏ, ਉੱਧਰ ਭਰਤ ਭੁਰਤ ਸਾਰੇ ਪਾ ਸਕਦੇ ਆਪਾਂ, ਸਾਰੇ ਪਿੰਡ 'ਚ ਭੱਤ ਪਾ ਦਾਂਗੇ। ਚਲੋ ਆ ਜਾਓ ਬਾਬੇ। ਲਓ ਜੀ ਗਾਈਸ, ਹੁਣ ਅਸੀਂ ਕੋਲੰਬੀਆ ਦੇ ਜਿਹੜੇ ਜੰਗਲਾਂ 'ਚ ਪਹੁੰਚ ਗਏ ਹੈਗੇ, ਮੈਕਸੀਕੋ ਬਾਰਡਰ ਇੱਥੋਂ ਪਾਰ ਕਰਨਾ ਗਾ। ਆ ਦੋ ਮੇਰੇ ਨਾਲ ਲਿਆਉਂਦੇ ਹੋਏ ਨੇ ਡੌਂਕੀ ਲਾਉਣ ਵਾਸਤੇ, ਡੌਂਕਰ ਨੇ ਗਏ ਇਹ ਦੋਵੇਂ ਬੰਦੇ, ਇੱਕ ਉਹ ਪਿੱਛੇ ਡੌਂਕਰ ਜਾ ਬਜਾ ਦੇ ਔਖਾ ਹੋ ਗਿਆ, ਮੈਨੂੰ ਤਾਂ ਬਾਏ ਏਅਰ ਲੈ ਕੇ ਜਾਓ ਬਾਈ, ਜਾਣਾ ਤਾਂ ਇਹ ਜੇ ਪਾ ਉਹਨਾਂ 'ਚ ਹੀ ਪਊਗਾ, ਜੰਗਲਾਂ ਵਿੱਚ ਦੀ ਹੀ ਜਾਣਾ ਪਊ। ਆ ਜਾਓ ਆ ਜਾਓ, ਉਹ ਉੱਪਰ ਜਾਣਾ ਹਜੇ ਹੋਰ। ਆਵੋ ਸੱਜਣਾ, ਆ ਦੇਖ ਉਤਰਨ ਨੂੰ ਤਾਂ ਉਤਰਨ ਨੂੰ ਕੁਛ ਨਹੀਂ ਲੱਗਦਾ, ਚੜ੍ਹਨਾ ਔਖਾ ਹੈਗਾ। ਓਹੋ ਆ ਗਿਆ, ਠੀਕ ਨੇ ਹੈ ਨਾ ਜੰਗਲ ਪਹਾੜ, ਉਹੀ ਕਿਵੇਂ ਆਉਂਦਾ ਜ਼ੋਰ ਮਾਰ ਮਾਰ ਨਾ, ਇਹ ਤਾਂ ਆਪਾਂ ਸਿੱਧਾ ਚੰਡੀਗੜ੍ਹ ਜਾ ਕੇ ਰੋਕਾਂਗੇ। ਆਹੋ ਮੁੜਦੇ ਹੋਏ ਜੋ ਛੱਡ ਆਇਆ ਮੈਂ ਤੁਹਾਨੂੰ, ਛੱਡ ਕੇ ਮੈਂ ਤਾਂ ਮੁੜਨਾ ਹੀ ਆ, ਮੈਂ ਤਾਂ ਫਿਰ ਵਾਪਸ ਆਊਂਗਾ। ਓਹੋ ਆਹ ਦੇਖੋ ਉਰੇ ਦੇਖੀ ਸੁੱਕੀ ਹੈਨਾ, ਤੂੰ ਵੀ ਆ ਜਾ ਬੇਬੀ। ਚਲੋ ਜੀ ਇੱਥੋਂ ਫੋਟੋ ਫੋਟੋ ਕਰ ਲੈਣਗੇ ਆਪਣੇ ਅਤੇ ਹੁਣ ਚੱਲਦੇ ਹਾਂਗੇ ਵਾਪਸ। ਪ੍ਰਧਾਨ ਆ ਜਮਾ ਹੋ ਜੇ ਬਈ, ਉਹਦੇ ਨਾਲ ਫਿਰ ਨੁਕਸਾਨ ਹੋਊਗਾ ਨਾ, ਸੁਣੀ ਹੈਗੀ ਨਾਲ ਜੀ ਪਹਿਲਾਂ ਤਾਂ ਹੈ ਨਹੀਂ ਸੀ, ਚਲਾਉਂਦਾ ਨਾ
ਮੈਂ ਹੋਰ ਟਰਨਾਂ ਨਵੀਂ ਕਢਵਾ ਕੇ ਜਾ ਰਿਹਾ ਨਾ ਵੀ ਮੇਰੇ ਵਾਸਤੇ ਟਰਨਾਂ ਬਣਾਓ ਮੈਂ ਤਾਂ ਚਲਾਓ ਚੜ ਗਿਆ ਸਾਰਾ ਕੁਛ ਕਿਆ ਬਾਤ ਆ ਅਸਮਾਨ ਨੀਲੇ ਨੀਲੇ ਅਸਮਾਨ ਹੈ ਨਾ ਕਿੰਨਾ ਸੋਹਣਾ ਮੌਸਮ ਆ ਯਾਰ ਘੱਟ ਇੰਨਾ ਵੀਡੀਓ ਵੀ ਬਣ ਰਹੀ ਹੈ ਦੂਜੀ ਸੋਹਣਾ ਵਿਊ ਆ ਰਿਹਾ ਹੈਗਾ ਬਾਤ ਆ ਵੱਡੇ ਵੱਡੇ ਪਹਾੜ ਛੋਟੇ ਛੋਟੇ ਬੱਚੇ ਅਸੀਂ ਚਲੋ ਤੇ ਚੱਲੀਏ